ਅੱਜ ਧਰਮ 'ਤੇ ਵੀ ਇੱਦਾਂ ਹੀ ਹੋਣ ਡਿਆ ਆ। ਇੱਥੇ ਸਾਡੇ ਬਜ਼ੁਰਗਾਂ ਦੀ, ਸਾਡੇ ਪਿੰਡ ਮੁਸਲਮਾਨ ਬਹੁਤ ਸੀ। ਅੱਛਾ ਜੀ। ਅਤੇ ਮੁਸਲਮਾਨਾਂ ਦੇ ਜਿੱਦਾਂ ਸਾਡੇ ਸਰਾਵਾਂ ਆ, ਇਹਨਾਂ ਦੇ ਤਕੀਏ ਆ। ਹਾਂਜੀ। ਉੱਥੇ ਇੱਕ ਤਕੀਏ 'ਚ ਰਹਿੰਦਾ ਸੀ ਮਸਤ, ਬਜ਼ੁਰਗ ਕਹਿੰਦੇ ਹੁੰਦੇ ਵੀ ਉਹਨੂੰ ਸਾਰੇ ਮਸਤ ਕਹਿੰਦੇ। ਠੀਕ ਆ ਜੀ। ਅਤੇ ਇੱਥੇ ਦੋ ਇਤਿਹਾਸਿਕ ਮੰਦਰ ਹੈ, ਇੱਕ ਇਹ ਆ, ਇੱਕ ਉੱਧਰ ਉਹ ਵੀ ਸਾਡੇ ਕੋਲ ਹੀ ਆ। ਹਾਂਜੀ। ਦੋ ਇਤਿਹਾਸਿਕ ਮੰਦਰ ਆ। ਠੀਕ ਆ ਜੀ। ਬਜ਼ੁਰਗ ਸਾਡੇ ਇਕੱਲੇ ਹੀ ਹੁੰਦੇ ਸੀ, ਉਹ ਦੋਨਾਂ ਮੰਦਰ ਜਾਂਦੇ ਸੀ। ਅੱਛਾ ਜੀ। ਪਹਿਲਾਂ ਇਸੇ ਮੰਦਰ ਆਉਂਦੇ ਸੀ। ਠੀਕ ਆ। ਉਹਨੂੰ ਪਤਾ ਸੀ ਸਵੇਰ ਨੂੰ ਜਿਸਲੇ ਟਾਈਮ ਨਾਲ ਆਉਂਦੇ ਸੀ ਘਰੋਂ, ਤਾਂ ਉਹ ਉੱਥੋਂ ਉਹ ਜਿਹੜਾ ਤਕੀਆ ਸੀ ਇੱਥੇ ਆ ਜਾਂਦਾ ਸੀ। ਅੱਛਾ। ਸਾਡੇ ਬਜ਼ੁਰਗਾਂ ਨੂੰ ਕਹਿੰਦਾ ਸੀ ਮੈਨੂੰ ਪ੍ਰਸ਼ਾਦ ਦਿਓ। ਅੱਛਾ ਜੀ। ਉਹ ਰੋਜ਼ ਗਿੱਜਾ ਆਇਆ ਸੀ, ਉਹ ਵੀ ਘਰੋਂ ਕੋਈ ਮਿੱਠਾ ਮੁੱਠਾ ਲੈ ਕੇ ਆ ਜਾਂਦੇ ਸੀ। ਅੱਛਾ ਜੀ। ਉਹ ਡਲੀ ਉਹਨੂੰ ਦੇ ਦੇ। ਅੱਛਾ। ਉਹਨੇ ਇੱਥੋਂ ਉਹ ਪ੍ਰਸ਼ਾਦ ਖਾ ਕੇ ਤਕੀਏ ਚੱਲ ਜਾਣ। ਉੱਥੇ ਤਕੀਏ 'ਚ ਮੈਂ ਵੀ ਕਾਫੀ ਤਕੀਏ ਦੇਖੇ ਆ, ਜਿਹੜੇ ਆਵਾਜ਼ ਆ ਉੱਥੇ ਹੁੱਕਾ ਜ਼ਰੂਰ ਰੱਖਿਆ। ਅੱਛਾ ਜੀ। ਬਜ਼ੁਰਗਾਂ ਨੇ ਦੱਸਿਆ ਵੀ ਉੱਥੇ ਵੀ ਹੁੱਕਾ ਹੁੰਦਾ ਸੀ। ਅੱਛਾ। ਕੁਝ ਦੋ ਚਾਰ ਦਸ ਮੁਸਲਮਾਨ ਪੀਂਦੇ ਹੁੰਦੇ ਸੀ, 16 ਵੀ ਮਾਰਦੇ ਆ ਪਿਆ ਜਾਓ ਪੀ ਲਓ। ਮਸਤ ਨੂੰ ਵੀ ਕਹਿੰਦੇ ਸੀ ਪੀ ਲਾ, ਉਹਨੂੰ ਕਹਿਣਾ ਵੀ ਮੈਂ ਉੱਥੋਂ ਮੰਦਰ ਤੋਂ ਪ੍ਰਸ਼ਾਦ ਖਾ ਕੇ ਆਇਆ, ਉਹਨੇ ਕੁੱਟਣਾ ਉਹਨੂੰ। ਠੀਕ ਆ। ਹੁਣ ਸੰਘ ਚੁੰਗਲ ਫੇਰਨੀ, ਉਲਟੀ ਕਰਨੀ, ਚੂਲੀ ਕਰਨੀ, ਤਾਂ ਹੁੱਕੇ 'ਤੇ ਬਹਿ ਜਾਣਾ। ਅੱਛਾ। ਬਜ਼ੁਰਗਾਂ ਨੇ ਘਰੋਂ ਕੋਈ ਚਾਹ ਪਾਣੀ ਪੀ ਕੇ ਦੂਜੇ ਮੰਦਰ ਜਾਂਦੇ ਸੀ, ਉਹ ਰਾਹ ਤਕੀਏ ਦੇ ਕੋਲ ਦੀ ਸੀ। ਅੱਛਾ ਜੀ। ਜਦੋਂ ਉੱਥੋਂ ਦੀ ਉਹਨੇ ਲੰਘਣਾ, ਉਹਨੂੰ ਉੱਥੋਂ ਹੁੱਕੇ ਤੋਂ ਉੱਠ ਕੇ ਪੇ ਮਗਰ ਚੱਲ ਜਾਣਾ। ਅੱਛਾ ਜੀ। ਕਹਿਣਾ ਜੀ ਅਗਲਾ ਉਹਨੇ ਕੁੱਟ ਕੇ ਕੱਢ ਦਿੱਤਾ ਤਾਂ ਮੈਨੂੰ ਹੋਰ ਦੇ ਦਿਓ। ਉਹਨੇ ਬੇਗੁੜ ਦੀ ਡਲੀ ਦੇ ਦੇਣੀ। ਅੱਛਾ। ਹੁਣ ਫਿਰ ਤਕੀਏ ਆ ਕੇ ਹੁੱਕਾ ਪੀਣਾ, ਫਿਰ ਕੁੱਟ ਖਾਣੀ, ਜੀਂਦੇ ਨੂੰ ਉਹਨੂੰ ਕੁੱਟਦੇ ਰਹੇ। ਹੁਣ ਕਵਰ ਆ, ਆ ਕੇ ਦੇਖ ਲਿਓ, ਆ ਸਾਡੇ ਬੰਦੇ ਵੀ ਉੱਥੇ ਨੱਕ ਰੱਖਦੇ। ਇਹ ਆ ਸਾਡੀ ਧਾਰਨਾ ਬਣੀ।